ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਫਾਰਮਰਸ ਵੈਲਫੇਅਰ ਹੱਬ ਦੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦਾ ਤੁਸੀਂ ਸਾਰੇ ਤੰਦਰੁਸਤ ਅਤੇ ਸਿਹਤਮੰਦ ਹੋਵੋਗੇ। ਕਿਸਾਨ ਵੀਰੋ, ਜਿਵੇਂ ਕਿ ਆਪਾਂ ਜਾਣਦੇ ਹਾਂ, ਪੰਜਾਬ 'ਚ ਖੇਤੀਬਾੜੀ ਸੰਦਾਂ ਉੱਤੇ ਜੋ ਸਬਸਿਡੀ ਹੈ ਉਹ ਆਈ ਹੋਈ ਹੈ, ਅਤੇ ਸਾਰੇ ਕਿਸਾਨ ਵੀਰ ਕਾਫੀ ਜ਼ੋਰਾਂ ਸ਼ੋਰਾਂ 'ਤੇ, ਜਿਨ੍ਹਾਂ ਨੇ ਇਕੱਲਿਆਂ ਨੇ ਸਬਸਿਡੀ ਲੈਣੀ ਉਹ ਇਕੱਲੇ ਵਾਲੇ ਫਾਰਮ ਭਰ ਰਹੇ ਨੇ, ਅਤੇ ਇਹਦੇ 'ਤੇ ਆਪਾਂ ਪਹਿਲੇ ਇੱਕ ਵੀਡੀਓ ਬਣਾ ਕੇ ਜੋ ਇੰਡੀਵਿਜੁਅਲ ਸਬਸਿਡੀ ਹੈ ਉਹਦੇ 'ਤੇ ਵੀਡੀਓ ਬਣਾ ਕੇ ਜਾਣਕਾਰੀ ਦਿੱਤੀ ਸੀ, ਅਤੇ ਕਾਫੀ ਕਿਸਾਨ ਵੀਰਾਂ ਦੇ ਸਵਾਲ ਆ ਰਹੇ ਸੀ ਵੀ ਔਨਲਾਈਨ ਜੋ ਸੁਸਾਇਟੀ ਦਾ ਗਰੁੱਪ ਹੈ ਉਹਨੂੰ ਕਿਵੇਂ ਰਜਿਸਟਰ ਕਰੀਏ, ਉਹਦੇ ਬਾਰੇ ਜਾਣਕਾਰੀ ਦਿਓ। ਸੋ ਜਾਂ ਕਈ ਕਿਸਾਨ ਵੀਰਾਂ ਨੂੰ ਇਹ ਵੀ ਦਿੱਕਤ ਸੀ ਵੀ ਜੋ ਕਾਗਜ਼ ਪੱਤਰ ਤਾਂ ਅਸੀਂ ਇਕੱਠੇ ਕਰ ਲਏ ਨੇ, ਪਰ ਜੋ ਫੋਟੋ ਸਟੇਟ ਵਾਲਾ ਜਾਂ ਸਾਈਬਰ ਕੈਫੇ ਵਾਲੇ ਨੇ ਉਹ ਕਾਫੀ ਜ਼ਿਆਦਾ ਪੈਸੇ ਮੰਗ ਰਹੇ ਨੇ। ਸੋ ਇਹਨੂੰ ਆਪਾਂ ਘਰ ਬੈਠੇ ਕਿਵੇਂ ਰਜਿਸਟਰ ਕਰ ਸਕਦੇ ਹਾਂ, ਉਹਦੇ ਬਾਰੇ ਚੰਗੀ ਬਰੀਕੀ ਨਾਲ ਜਾਣਕਾਰੀ ਇਸ ਵੀਡੀਓ 'ਚ ਦਿੱਤੀ ਗਈ ਹੈ। ਸੋ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਲਾਸਟ ਤੱਕ ਜ਼ਰੂਰ ਦੇਖਿਓ। ਜੇ ਕੋਈ ਗੱਲ ਨਹੀਂ ਸਮਝ ਆਉਂਦੀ ਤਾਂ ਤੁਸੀਂ ਆਪਦੇ ਸਵਾਲ ਕਮੈਂਟ ਬੋਕਸ 'ਚ ਵੀ ਪੁੱਛ ਸਕਦੇ ਹੋ, ਤਾਂ ਸਾਰੀ ਜਾਣਕਾਰੀ ਤੁਹਾਨੂੰ ਲਗਭਗ ਇਸ ਵੀਡੀਓ 'ਚ ਕਲੀਅਰ ਹੋ ਜਾਏਗੀ। ਸੋ ਸਭ ਤੋਂ ਪਹਿਲੇ ਆਪ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਤਾਂ ਜੋ ਇੱਦਾਂ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ। ਸੋ ਹੁਣ ਕਿਸਾਨ ਵੀਰੋ ਸ਼ੁਰੂ ਕਰਦੇ ਹਾਂ। ਜਿਵੇਂ ਡਾਕੂਮੈਂਟ ਬਾਰੇ ਆਪਾਂ ਪਹਿਲੇ ਵੀ ਗੱਲ ਕੀਤੀ ਸੀ, ਮੇਨ ਜੋ ਆਈ ਡੀ ਪਰੂਫ ਨੇ ਸਾਰੇ ਮੈਂਬਰਾਂ ਦੇ, 9 ਤੋਂ 11 ਮੈਂਬਰ ਹੋਣੇ ਚਾਹੀਦੇ ਨੇ, ਅਤੇ ਬਾਈਲਾਸ ਬਾਰੇ ਵੀ ਆਪਾਂ ਬਾਅਦ 'ਚ ਗੱਲ ਕਰਾਂਗੇ, ਅਤੇ ਇਸ ਦੇ ਨਾਲ ਨਾਲ ਕਿੰਨੀ ਫੀਸ ਕੀ ਡਿਟੇਲ ਚਾਹੀਦੀ ਉਹ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ 'ਚ ਦਿਆਂਗੇ, ਅਤੇ ਉਸ ਤੋਂ ਬਾਅਦ ਡਾਕੂਮੈਂਟ ਇਕੱਠੇ ਕਰਨ ਤੋਂ ਬਾਅਦ ਕਿਹੜੀ ਸਾਈਟ 'ਤੇ ਆਪਾਂ ਜਾ ਕੇ ਅਤੇ ਕਿਵੇਂ ਰਜਿਸਟਰ ਕਰਨਾ ਉਹ ਆਪਾਂ ਇਸ ਵੀਡੀਓ 'ਚ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਜੇ ਡਾਕੂਮੈਂਟ ਦੀ ਗੱਲ ਕਰੀਏ ਤਾਂ ਤੁਸੀਂ ਇੱਕ ਐਪਲੀਕੇਸ਼ਨ ਵੀ ਲਿਖਣੀ ਹੈ ਜ਼ਿਲ੍ਹਾ ਉਦਯੋਗ ਕੇਂਦਰ ਨੂੰ, ਉਹ ਐਪਲੀਕੇਸ਼ਨ ਤੁਸੀਂ ਲਿਖਣੀ ਹੈ। ਉਸ ਦੇ ਨਾਲ ਨਾਲ ਇੱਕ ਮੈਮੋਰੈਂਡਮ ਵੀ ਚਾਹੀਦਾ ਤੁਹਾਨੂੰ, ਉਹਦੇ 'ਚ ਸੁਸਾਇਟੀ ਦਾ ਨਾਮ ਅਤੇ ਕਿਹੜਾ ਤੁਹਾਡਾ ਰਜਿਸਟਰਾਰ ਔਫਿਸ ਹੈ, ਜ਼ਿਲ੍ਹਾ ਵਾਈਜ਼ ਜਿਹੜਾ ਵੀ ਹੁੰਦਾ ਉਹ ਔਫਿਸ ਦਾ ਨਾਮ ਲਿਖਣਾ, ਅਤੇ ਐਡਰੈਸ ਸੁਸਾਇਟੀ ਦਾ, ਅਤੇ ਪ੍ਰਧਾਨ ਕਿਹੜਾ, ਸਕੈਟਰੀ ਉਹਦਾ ਕਿਹੜਾ, ਅਤੇ ਕਿਹੜਾ ਕੈਸ਼ੀਅਰ, ਇਹ ਸਾਰੀ ਜਾਣਕਾਰੀ, ਅਤੇ ਘੱਟੋ ਘੱਟ 7 ਬੰਦਿਆਂ ਦੇ ਸਾਈਨ ਉਹਦੇ ਲਈ ਚਾਹੀਦੇ ਨੇ, ਅਤੇ ਇਹਦੇ ਵਿੱਚ 2 ਐਸਸੀ ਕੈਟੇਗਰੀ ਦੇ ਬੰਦੇ ਹੋਣੇ ਚਾਹੀਦੇ, ਅਤੇ 2 ਔਰਤਾਂ ਵੀ ਹੋਣੀਆਂ ਚਾਹੀਦੀਆਂ, ਅਤੇ ਇਹਨਾਂ ਦੇ ਪੈਨ ਕਾਰਡ ਵੀ ਆਪਾਂ ਨੂੰ ਚਾਹੀਦੇ ਨੇ। ਸੋ ਇਸ ਤੋਂ ਬਾਅਦ ਥੋੜ੍ਹਾ ਇਹ ਪ੍ਰੋਸੀਜਰ ਕੀ ਹੈ, ਰਜਿਸਟ੍ਰੇਸ਼ਨ ਦਾ ਕਿਵੇਂ ਹੁੰਦੀ ਹੈ, ਆਪਾਂ ਪੋਰਟਲ ਤੋਂ ਕਰਨ ਤੋਂ ਬਾਅਦ ਜੇ ਤੁਹਾਡੀ ਸਾਰੀ ਜਾਣਕਾਰੀ ਸਹੀ ਹੈ ਤਾਂ ਉਹ ਕਿਵੇਂ ਰਜਿਸਟਰਾਰ ਜਿਹੜਾ ਔਫਿਸਰ ਹੈ ਉਹਨੂੰ ਓਕੇ ਕਰੇਗਾ, ਜੇ ਤੁਹਾਡੀ ਸਾਰੀ ਜਾਣਕਾਰੀ ਸਹੀ ਹੈ ਤਾਂ ਉਸ ਤੋਂ ਬਾਅਦ ਤੁਹਾਡੀ ਉਹ ਸੁਸਾਇਟੀ ਨੂੰ ਓਕੇ ਕਰ ਦੇਗਾ। ਇਹਦੇ 'ਚ ਦਿਨ ਜੋ ਹੈ 120 ਦਿਖਾ ਰਹੇ ਨੇ, ਪਰ ਉਹ ਛੇਤੀ ਤੁਹਾਨੂੰ ਪਾਸ ਅਲੋਟ ਹੋ ਜਾਏਗਾ, ਲਗਭਗ 2-4 ਜਾਂ ਹਫ਼ਤੇ ਦੇ ਅੰਦਰ ਅੰਦਰ ਵੱਧ ਤੋਂ ਵੱਧ ਤੁਹਾਨੂੰ ਪਾਸ ਜੋ ਹੈ ਇਹ ਅਲੋਟ ਹੋ ਜਾਏਗਾ। ਅਤੇ ਜਦੋਂ ਹੀ ਤੁਹਾਡੀ ਜੋ ਐਪਲੀਕੇਸ਼ਨ ਰਿਸੀਵ ਹੋ ਗਈ ਰਜਿਸਟਰਾਰ ਔਫਿਸ, ਤੁਹਾਡੇ ਫੋਨ 'ਤੇ ਮੈਸੇਜ ਵੀ ਆਏਗਾ, ਜਦੋਂ ਤੁਸੀਂ ਪੋਰਟਲ 'ਤੇ ਵੀ ਉਹਨੂੰ ਭਰੋਗੇ ਜਾਂ ਜਦੋਂ ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਗਈ ਉਦੋਂ ਤੁਹਾਡੇ ਫੋਨ 'ਤੇ ਇੱਕ ਮੈਸੇਜ ਆਏਗਾ, ਜਿਹਦੇ ਰਾਹੀਂ ਤੁਹਾਨੂੰ ਸਾਰੀ ਜਾਣਕਾਰੀ ਅਤੇ ਕੀ ਤੁਹਾਡੀ ਐਪਲੀਕੇਸ਼ਨ ਦੀ ਅਪਡੇਟ ਹੈ ਉਹ ਵੀ ਤੁਹਾਨੂੰ ਮਿਲਦੀ ਰਹੇਗੀ। ਸੋ ਇਸ ਤੋਂ ਬਾਅਦ ਹੁਣ ਆਪਾਂ ਸ਼ੁਰੂ ਕਰਦੇ ਹਾਂ ਕਿਹੜੇ ਪੋਰਟਲ 'ਤੇ ਜਾ ਕੇ ਆਪਾਂ, ਜਿਵੇਂ ਡਾਕੂਮੈਂਟ ਸਾਰੇ ਇਕੱਠੇ ਹੋ ਗਏ ਤਾਂ ਕਿਹੜੇ ਪੋਰਟਲ 'ਤੇ ਉਹਨੂੰ ਜਾ ਕੇ ਭਰਨਾ ਹੈ। ਸਾਰੇ ਜਣਿਆਂ ਦੇ ਆਧਾਰ ਕਾਰਡ ਜ਼ਰੂਰੀ ਨੇ, 9 ਤੋਂ 11 ਜਿਹੜੇ ਮੈਂਬਰ ਨੇ, ਅਤੇ ਉਸ ਤੋਂ ਬਾਅਦ ਆਪਾਂ ਪੋਰਟਲ 'ਤੇ ਪਹੁੰਚ ਜਾਂਗੇ। ਸੋ ਕਿਸਾਨ ਵੀਰੋ, ਜੇ ਇਹ ਸੁਸਾਇਟੀ ਰਜਿਸਟਰ ਹੋਏਗੀ,
ਇਹ pbindustry.government.in ਦੀ ਸਾਈਟ 'ਤੇ ਜਾ ਕੇ ਇਹਨੂੰ ਆਪਾਂ ਰਜਿਸਟਰ ਕਰਾਂਗੇ, ਕਿਉਂਕਿ ਇਹ ਇੱਕ ਤਰ੍ਹਾਂ ਦੀ ਸੁਸਾਇਟੀ ਜੋ ਹੁੰਦੀ ਹੈ, ਇੱਕ ਛੋਟੀ ਕੰਪਨੀ ਦੇ ਰੂਪ ਵਿੱਚ ਕੰਮ ਕਰਦੀ ਹੈ। ਜੋ ਛੋਟੀਆਂ ਛੋਟੀਆਂ ਸੁਸਾਇਟੀਆਂ ਨੇ ਉਹ ਹੀ ਅੱਗੇ ਜਾ ਕੇ ਫਿਰ ਇੱਕ ਵੱਡੀ ਕੰਪਨੀ ਦਾ ਰੂਪ ਲੈ ਸਕਦੀਆਂ। ਇਹ ਆਪਣੇ 'ਤੇ ਆਪਾਂ ਇਹਨੂੰ ਕਿਵੇਂ ਚਲਾਉਣਾ ਹੈ ਅਤੇ ਕੀ ਇਹਦੇ ਨਾਲ ਆਪਾਂ ਲਾਹਾ ਲੈ ਸਕਦੇ ਹਾਂ। ਸੋ ਇਹਦੀ ਜੋ ਸਾਈਟ ਹੈ pbindustries.government.in, ਤੁਹਾਡੀ ਸਕਰੀਨ 'ਤੇ ਵੀ ਇਹ ਫਲੈਸ਼ ਹੋ ਰਿਹਾ, ਇਹ ਤੁਸੀਂ ਭਰ ਕੇ ਜੋ ਇੱਦਾਂ ਦਾ ਪੋਰਟਲ ਤੁਹਾਡੇ 'ਤੇ ਫੋਨ 'ਤੇ ਜਾਂ ਲੈਪਟੋਪ 'ਤੇ ਖੁੱਲ ਜਾਏਗਾ। ਉਸ ਤੋਂ ਬਾਅਦ ਜੋ ਸਭ ਤੋਂ ਸੱਜੇ ਪਾਸੇ ਰਾਈਟ ਕੋਰਨਰ 'ਤੇ ਇੱਕ ਲਾਲ EODB ਜਿੱਥੇ ਲਿਖਿਆ ਹੋਇਆ ਕਲਿੱਕ ਹੇਅਰ, ਇਹਦੇ ਉੱਤੇ ਆਪਾਂ ਕਲਿੱਕ ਕਰਾਂਗੇ ਅਤੇ ਉਸ ਤੋਂ ਬਾਅਦ ਇਹ ਜੋ ਸਾਰੀ ਜਾਣਕਾਰੀ ਤੁਹਾਡੇ 'ਤੇ ਖੁੱਲ੍ਹ ਜਾਏਗੀ। ਅਤੇ ਉਸ ਤੋਂ ਬਾਅਦ ਇਹ ਜੋ ਦੂਜੇ ਨੰਬਰ 'ਤੇ ਰਜਿਸਟ੍ਰੇਸ਼ਨ ਆਫ ਕੋਰਪੋਰੇਟਿਵ ਸੁਸਾਇਟੀ ਹੈ, ਉਹਦੇ 'ਤੇ ਆਪਾਂ ਕਲਿੱਕ ਕਰਨਾ ਹੈ। ਉਹ ਕਲਿੱਕ ਕਰਨ 'ਤੇ ਬਾਅਦ ਫਿਰ ਜੋ ਸੁਸਾਇਟੀ ਦੀ ਰਜਿਸਟ੍ਰੇਸ਼ਨ ਹੈ ਉਹਦੇ ਲਈ ਤੁਹਾਡਾ ਈਮੇਲ ਆਈਡੀ, ਮੋਬਾਈਲ ਨੰਬਰ ਅਤੇ ਆ ਕੋਡ ਭਰ ਕੇ ਤੁਸੀਂ ਇਹਨੂੰ ਸਬਮਿਟ ਕਰ ਸਕਦੇ ਹੋ। ਉਸ ਤੋਂ ਬਾਅਦ ਜੋ ਮੇਨ ਫੋਰਮ ਹੈ ਉਹਦੇ 'ਤੇ ਖੁੱਲ੍ਹ ਜਾਏਗਾ ਅਤੇ ਇਸ ਮੇਨ ਫੋਰਮ 'ਤੇ ਜੋ ਤੁਹਾਡੀ ਕੋਆਪਰੇਟਿਵ ਸੁਸਾਇਟੀ ਹੈ ਉਹਦਾ ਤੁਸੀਂ ਕੀ ਨਾਮ ਰੱਖਣਾ ਚਾਹੁੰਦੇ ਹੋ ਅਤੇ ਕਿਹੜੇ ਐਕਟ ਦੇ ਅੰਡਰ ਇਹ ਆਉਂਦੀ ਹੈ, ਸਭ ਤੋਂ ਪਹਿਲਾ ਆਪਸ਼ਨ ਤਾਂ ਇਹ ਇੰਡਸਟਰੀਅਲ ਐਕਟ ਦੇ ਅੰਦਰ ਆਉਂਦੀ ਹੈ, ਤਾਂ ਉਹ ਆਪਾਂ ਭਰ ਕੇ ਅਤੇ ਇਹਨੂੰ ਆਪਸ਼ਨ ਅੱਗੇ ਤੋਰ ਸਕਦੇ ਹਾਂ। ਉਸ ਤੋਂ ਬਾਅਦ ਫਿਰ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਅਤੇ ਕਿਹੜਾ ਇਹਨੂੰ ਡਿਸਟ੍ਰਿਕਟ ਲੱਗਦਾ ਹੈ, ਉਹ ਸਾਰੀ ਜਾਣਕਾਰੀ ਇਹਦੇ 'ਚ ਦਿੱਤੀ ਹੋਈ ਹੈ। ਉਸ ਤੋਂ ਬਾਅਦ ਪਿੰਨ ਕੋਡ ਭਰ ਕੇ ਅਤੇ ਏਰੀਆ ਆਫ ਜੋ ਓਪਰੇਸ਼ਨ ਹੈ ਉਹ ਤੁਹਾਡਾ ਆਪਦਾ ਜ਼ਿਲ੍ਹਾ ਹੀ ਹੈ, ਉਹ ਜ਼ਿਲ੍ਹੇ ਦੇ ਨਾਮ ਭਰ ਦੇਣਾ ਤੁਸੀਂ ਅਤੇ ਫਿਰ ਉਹ ਜੋ ਪੰਜਵਾਂ ਆਪਸ਼ਨ ਹੈ ਉਹਦੇ 'ਚ ਕੋਆਪਰੇਟਿਵ ਸੁਸਾਇਟੀ ਦਾ ਮਕਸਦ ਕੀ ਹੈ, ਤਾਂ ਉਹ ਤੁਸੀਂ ਸਟਰਾ ਮੈਨੇਜਮੈਂਟ ਇਹਦੇ 'ਚ ਕਰ ਸਕਦੇ ਹੋ। ਮੈਂਬਰਾਂ ਦੀ ਗਿਣਤੀ ਕਿੰਨੀ ਹੈ, 9 ਜਾਂ 11, ਉਹ ਤੁਸੀਂ ਭਰ ਸਕਦੇ ਹੋ। ਅਤੇ ਜੇ 7ਵਾਂ ਆਪਸ਼ਨ ਜੇ ਕਿਸੇ ਮੈਂਬਰ 'ਤੇ ਕਰਜ਼ ਵਗੈਰਾ, ਬੈਂਕ ਦਾ ਲੋਨ ਵਗੈਰਾ, ਤਾਂ ਜਿੰਨੇ ਸਾਰੇ ਮੈਂਬਰਾਂ ਦਾ ਉਹ ਸਾਰਾ ਇਕੱਠਾ ਕਰਕੇ ਤੁਸੀਂ ਇਹਦੇ 'ਚ ਲਿਖਣਾ ਹੈ। ਅਤੇ ਜੇ ਕਿਸੇ ਨੇ ਆਪਦੀ ਜ਼ਮੀਨ ਗਿਰਵੀ, ਜਿਵੇਂ ਆਪਾਂ ਮੋਰਗੇਜ ਰੱਖਦੇ ਹਾਂ ਬੈਂਕ ਕੋਲ, KYC ਕਰਾਉਂਦੇ ਹਾਂ ਸਾਰੀ, ਕਿੰਨੀ ਜ਼ਮੀਨ ਗਿਰਵੀ ਆ ਉਹ ਵੀ ਇਹਦੇ 'ਚ ਥੋੜ੍ਹੀ ਜਾਣਕਾਰੀ ਦੇਣੀ ਹੈ। ਫਿਰ ਤੁਸੀਂ ਕਿੰਨੀ ਪੂੰਜੀ ਇਕੱਠੀ ਕੀਤੀ ਹੈ ਸਾਰੇ ਜਣਿਆਂ ਨੇ, ਕੋਈ 20 ਤੋਂ 30 ਹਜ਼ਾਰ ਤੁਸੀਂ ਇਹਦੇ 'ਚ ਭਰ ਸਕਦੇ ਹੋ। ਅਤੇ ਉਸ ਤੋਂ ਬਾਅਦ ਜੋ ਭੁਗਤਾਨ ਵਿਧੀ ਆ ਉਹ ਥਰੂ ਚੈੱਕ ਕਰ ਦਿਓ, ਮੀਨਸ ਚੈੱਕ ਦੇ ਥਰੂ ਤੁਸੀਂ ਜੋ ਵੀ ਭੁਗਤਾਨ ਵਗੈਰਾ ਕਰੋਗੇ ਜੋ ਸੁਸਾਇਟੀ ਦੇ ਕੰਮ ਹੋਣਗੇ। ਅਤੇ ਉਸ ਤੋਂ ਬਾਅਦ ਫਿਰ ਡਿਟੇਲ, ਮੈਂਬਰਾਂ ਦੀ ਡਿਟੇਲ ਹੈ ਉਹ ਸਾਰੀ ਭਰਨੀ ਹੈ। ਉਹਦੇ ਵਿੱਚ ਜੋ ਮੇਨ ਮੇਨ ਡਿਟੇਲ ਹੈ, ਉਹਨਾਂ ਦਾ ਨਾਮ, ਪਿਤਾ ਦਾ ਨਾਮ, ਏਜ, ਕੰਮ ਕੀ ਕਰਦੇ ਨੇ, ਫਾਰਮਰ ਜਾਂ ਜੋ ਵੀ, ਉਹਨਾਂ ਦਾ ਰੈਜ਼ੀਡੈਂਸ, ਉਹਨਾਂ ਦਾ ਐਡਰੈਸ ਵਗੈਰਾ ਆ ਜਾਏਗਾ। ਅਤੇ ਉਸ ਦੇ ਨਾਲ ਨਾਲ ਜੋ ਡਾਕੂਮੈਂਟ ਆਪਾਂ ਅਪਲੋਡ ਕਰਨੇ ਨੇ ਉਹਨਾਂ ਦਾ ਆਈ ਡੀ ਪਰੂਫ, ਜਿਹਦੇ 'ਚ ਆਧਾਰ ਕਾਰਡ, ਫੋਟੋਗ੍ਰਾਫ ਅਤੇ ਉਹਨਾਂ ਦੇ ਸਿਗਨੇਚਰ, ਇੱਕ ਕਰਕੇ ਸਿਗਨੇਚਰ ਦੀ ਫੋਟੋ ਆਪਾਂ ਉਹਦੇ 'ਤੇ ਭਰ ਦੇਣੀ ਹੈ। ਫਿਰ ਇਹ ਸਾਰੇ ਮੈਂਬਰਾਂ ਦੇ 9 ਤੋਂ 11 ਨੇ ਸਾਰੇ ਮੈਂਬਰਾਂ ਦੇ ਉੱਥੇ ਡਾਕੂਮੈਂਟ ਉੱਪਰ ਇਕੱਲੇ ਇਕੱਲੇ ਦੇ ਰਜਿਸਟਰ ਹੋਣਗੇ, ਹਰ ਇੱਕ ਲਈ ਕੋਲਮ ਬਣਿਆ ਹੋਇਆ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਥੱਲੇ ਆਈ ਡੀ ਪਰੂਫ ਮੈਂਬਰਾਂ ਦੀ, ਇਹ ਤੁਸੀਂ ਸਾਰੇ ਮੈਂਬਰਾਂ ਦਾ ਆਈ ਡੀ ਪਰੂਫ ਸਾਰਿਆਂ ਦੀ PDF ਬਣਾ ਕੇ ਅਤੇ ਉਹ ਸਾਰੀ ਤੁਸੀਂ ਇਹਦੇ 'ਤੇ ਭਰਨੀ ਹੈ। ਅਤੇ ਇਸ ਤੋਂ ਬਾਅਦ ਪ੍ਰਪੋਜ਼ਡ ਬਾਈ ਲਾਸ ਆਫ ਸੁਸਾਇਟੀ ਹੈ, ਅਤੇ ਇਹ ਉਹੀ ਮੈਮੋਰੈਂਡਮ ਆਫ ਐਸੋਸੀਏਸ਼ਨ ਹੈ ਜਿਹਦਾ ਆਪਾਂ ਸ਼ੁਰੂ 'ਚ ਜ਼ਿਕਰ ਕੀਤਾ ਸੀ, ਜਿਹਦੇ 'ਚ ਨੇਮ ਆਫ ਸੁਸਾਇਟੀ ਅਤੇ ਰਜਿਸਟਰਾਰ ਆਫਿਸ, ਐਡਰੈਸ ਕਿਹੜਾ ਸੁਸਾਇਟੀ ਦਾ, ਅਤੇ ਉਹ ਸਾਰੀਆਂ ਚੀਜ਼ਾਂ ਜੋ ਹੈ ਉਹ ਤੁਸੀਂ ਇਹਦੇ 'ਚ ਭਰ ਸਕਦੇ ਹੋ। ਇਹਦਾ ਜੋ ਪਰਫੋਰਮਾ ਹੈ ਉਹ ਤੁਹਾਨੂੰ ਆਮ ਕਚਹਿਰੀ ਤੋਂ ਮਿਲ ਜਾਏਗਾ, ਜੋ ਐਪਲੀਕੇਸ਼ਨ ਵੀ ਹੈ ਉਹਦਾ ਵੀ ਪਰਫੋਰਮਾ ਤੁਹਾਨੂੰ ਕਚਹਿਰੀ ਤੋਂ ਮਿਲ ਜਾਏਗਾ। ਸੁਸਾਇਟੀ ਲਈ ਪਰਫੋਰਮਾ ਲੈਣਾ ਉਹ ਤੁਸੀਂ ਆਮ ਹੀ ਮੰਗ ਸਕਦੇ ਹੋ, ਕੋਈ ਵੀ ਵਕੀਲ ਤੁਹਾਨੂੰ ਇਹ ਦੇ ਦੇਗਾ।
ਸੋ ਇਹ ਸਾਰੀ ਜਾਣਕਾਰੀ ਤੁਸੀਂ ਪ੍ਰਪੋਜ਼ਡ ਆਫ ਬਾਏ ਲਾਸਟ ਜੋ ਮੈਮੋਰੈਂਡਮ ਹੈ ਉਹ ਭਰਨੀ ਹੈ ਅਤੇ ਅਦਰ ਡਾਕੂਮੈਂਟ 'ਚ ਤੁਸੀਂ ਜੋ ਐਪਲੀਕੇਸ਼ਨ ਲਿਖਣੀ ਹੈ ਜਾਂ ਮਤਾ ਪਾਉਣਾ ਤਾਂ ਉਹ ਸਾਰੀ ਜਾਣਕਾਰੀ ਤੀਜੇ ਕੋਲਮ 'ਚ ਭਰਨੀ ਹੈ। ਉਸ ਤੋਂ ਬਾਅਦ ਜੋ ਤੀਜਾ ਇਸ ਤੋਂ ਬਾਅਦ ਜੋ ਜ਼ਿਲ੍ਹਾ ਆਏਗਾ, ਜ਼ਿਲ੍ਹਾ ਕਿਹੜਾ ਤੁਹਾਡਾ ਅਤੇ ਅਸਿਸਟੈਂਟ ਰਜਿਸਟਰਾਰ ਦਾ ਜੋ ਆਫਿਸ ਹੈ ਉਹ ਵੀ ਲਗਭਗ ਹਰ ਜ਼ਿਲ੍ਹੇ ਦਾ ਉੱਥੇ ਹੁੰਦਾ ਹੈ, ਤਾਂ ਉਹ ਤੁਸੀਂ ਆਪਦਾ ਜ਼ਿਲ੍ਹਾ ਉਹਦੇ 'ਚੋਂ ਚੁਣ ਸਕਦੇ ਹੋ। ਅਤੇ ਫਿਰ ਥੱਲੇ ਉਹ ਮਤਲਬ ਕਨਫਰਮੇਸ਼ਨ ਹੈ ਜਾਂ ਡਿਕਲੇਰੇਸ਼ਨ ਹੈ, ਉਹ ਤੁਸੀਂ ਆਪਦਾ ਨਾਮ ਅਤੇ ਆਪਦਾ ਜੋ ਪਲੇਸ ਹੈ ਫਾਦਰ ਦਾ ਨਾਮ ਉਹ ਭਰ ਕੇ ਤੁਸੀਂ ਇਹਨੂੰ ਸਬਮਿਟ ਕਰ ਸਕਦੇ ਹੋ। ਇਹ ਕਰਕੇ ਤੁਹਾਡੀ ਜੋ ਐਪਲੀਕੇਸ਼ਨ ਹੈ ਉਹ ਸਬਮਿਟ ਹੋ ਜਾਏਗੀ ਅਤੇ ਤੁਹਾਡੇ ਮੋਬਾਈਲ 'ਤੇ ਰਜਿਸਟ੍ਰੇਸ਼ਨ ਦਾ ਇੱਕ ਮੈਸੇਜ ਵੀ ਆ ਜਾਏਗਾ। ਉਸ ਤੋਂ ਬਾਅਦ ਇਹਦੀ ਫੀਸ ਦਾ ਜੋ ਪੇਮੈਂਟ ਮੈਥਡ ਹੈ ਉਹ ਆ ਜਾਏਗਾ, ਤੁਸੀਂ ਕਾਰਡ ਰਾਹੀਂ, ਨੈੱਟ ਬੈਂਕਿੰਗ ਰਾਹੀਂ, UPI ਰਾਹੀਂ ਇਹਦੀ ਫੀਸ ਭਰ ਸਕਦੇ ਹੋ। ਇਹ ਥੋੜ੍ਹਾ ਫੀਸ 'ਚ ਕਨਫਿਊਜ਼ਨ ਹੈ, 600 ਤੋਂ 1500 ਤੱਕ ਇਹਦੀ ਫੀਸ ਹੋ ਸਕਦੀ ਹੈ, ਸੋ ਇਸ ਵਾਰੀ 'ਚ ਥੋੜ੍ਹਾ ਕਨਫਿਊਜ਼ਨ ਹੈ। ਜਿੰਨੀ ਵੀ ਹੋਈ ਤੁਸੀਂ ਇਹ ਫੀਸ ਭਰ ਸਕਦੇ ਹੋ। ਅਤੇ ਉਸ ਤੋਂ ਬਾਅਦ ਐਪਲੀਕੇਸ਼ਨ ਦਾ ਸਟੇਟਸ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਦਾ ਮੋਬਾਈਲ ਨੰਬਰ ਭਰ ਕੇ, ਤੁਸੀਂ ਜੋ ਵੀ ਕੋਡ ਆਏਗਾ ਉਹ ਭਰ ਕੇ ਤੁਸੀਂ ਆਪਦੀ ਐਪਲੀਕੇਸ਼ਨ ਦਾ ਸਟੇਟਸ ਤੁਸੀਂ ਚੈੱਕ ਕਰ ਸਕਦੇ ਹੋ। ਅਤੇ ਇਸ ਤੋਂ ਬਾਅਦ ਤੁਹਾਨੂੰ ਜੋ ਸਾਰਾ ਸਟੇਟਸ ਇੱਥੇ ਲਗਭਗ ਇਹਨਾਂ ਨੇ 120 ਦਿਨਾਂ ਦਾ ਸਮਾਂ ਮੰਗਿਆ ਪਰ ਇੰਨਾ ਲੱਗਦਾ ਨਹੀਂ, 4 ਤੋਂ 5 ਦਿਨਾਂ 'ਚ ਤੁਹਾਨੂੰ ਇਹ ਪਾਸ ਅਲੋਟ ਕਰ ਦੇਣਗੇ। ਇਹ ਕਾਫੀ ਕਵਿਕ ਸਰਵਿਸ ਹੈ ਇਹਦੀ। ਸੋ ਇਸ ਤਰ੍ਹਾਂ ਸਾਰਾ ਜਾਣਕਾਰੀ ਭਰ ਕੇ ਤੁਸੀਂ ਆਪਦੀ ਸੁਸਾਇਟੀ ਰਜਿਸਟਰ ਕਰ ਸਕਦੇ ਹੋ। ਅਤੇ ਉਸ ਤੋਂ ਬਾਅਦ ਫਿਰ ਜਿਹੜਾ ਸਟੇਟਸ ਹੈ ਉਹ ਵੀ ਤੁਸੀਂ ਟਾਈਮ ਦੀ ਟਾਈਮ ਇਸੇ ਹੀ ਸਾਈਟ 'ਤੇ ਆ ਕੇ ਆਪਦਾ ਰਿਵਿਊ ਕਰਦੇ ਰਹੋ, ਅਤੇ ਜਦੋਂ ਹੀ ਸਕਸੈਸ ਹੋ ਜਾਏਗਾ ਅਤੇ ਨਾਲ ਦੀ ਨਾਲ ਉੱਥੋਂ ਤੁਸੀਂ ਆਪਦਾ ਪਾਸ ਡਾਊਨਲੋਡ ਕਰ ਸਕਦੇ ਹੋ। ਸੋ ਇਹ ਮੇਨ ਜਾਣਕਾਰੀ ਸਾਰੀ ਜੋ ਹੈ ਇਹ ਉਹਦੇ ਸੁਸਾਇਟੀ ਰਜਿਸਟਰ ਕਰਨ ਬਾਰੇ ਹੈ। ਅਤੇ ਪਹਿਲੇ ਸਾਰੇ ਡਾਕੂਮੈਂਟ ਤੁਸੀਂ ਇਕੱਠੇ ਕਰਕੇ ਉਸ ਤੋਂ ਬਾਅਦ ਜਿਵੇਂ ਜਿਵੇਂ ਜੋ ਵੀ ਜਾਣਕਾਰੀ ਹੈ ਸਾਰੀ ਤੁਸੀਂ ਭਰ ਕੇ ਇੱਥੇ ਆਪਦੀ ਸੁਸਾਇਟੀ ਰਜਿਸਟਰ ਕਰ ਸਕਦੇ ਹੋ। ਅਤੇ ਸੁਸਾਇਟੀ ਦਾ ਨਾਮ ਤੁਸੀਂ ਕੋਈ ਵੀ ਰੱਖ ਸਕਦੇ ਹੋ, ਕੋਈ ਵੀ ਵਧੀਆ ਸਾਂਝਾ ਐਗਰੀਕਲਚਰ ਸੁਸਾਇਟੀ ਜਾਂ ਕੁਛ ਵੀ ਜੋ ਤੁਹਾਨੂੰ ਚੰਗਾ ਲੱਗਦਾ ਉਹ ਤੁਸੀਂ ਸੁਸਾਇਟੀ ਦਾ ਨਾਮ ਭਰ ਕੇ ਰਜਿਸਟਰ ਤੁਸੀਂ ਕਰ ਸਕਦੇ ਹੋ। ਇਸ ਤੋਂ ਛੇਤੀ ਪ੍ਰੋਸੈਸ ਹੋਰ ਕਿਤੇ ਨਹੀਂ, ਔਨਲਾਈਨ ਤੁਸੀਂ ਆਪੇ ਹੀ ਰਜਿਸਟਰ ਕਰ ਸਕਦੇ ਹੋ। ਅਤੇ ਜੇ ਕੋਈ ਜ਼ਿਆਦਾ ਵੀ ਪੈਸੇ ਮੰਗਦਾ ਉਹਦੇ ਨਾਲ ਤੁਸੀਂ ਆਪ ਥੋੜ੍ਹਾ ਜਿਹਾ ਮੱਥਾ ਮਾਰੋਗੇ ਇਸ ਪੋਰਟਲ 'ਤੇ ਤਾਂ ਆਪਣੇ ਆਪ ਹੀ ਤੁਸੀਂ ਇਹਨੂੰ ਰਜਿਸਟਰ ਕਰ ਸਕਦੇ ਹੋ ਆਰਾਮ ਨਾਲ। ਸੋ ਕਿਸਾਨ ਵੀਰੋ, ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਦੂਜੇ ਕਿਸਾਨ ਵੀਰਾਂ ਨਾਲ ਜ਼ਰੂਰ ਸ਼ੇਅਰ ਕਰੋ, ਤਾਂ ਵੀ ਉਹਨਾਂ ਵੀ ਇਸ ਜਾਣਕਾਰੀ ਤੋਂ ਫਾਇਦਾ ਲੈ ਸਕਣ। ਕਿਉਂ ਕਾਫੀ ਮਿਹਨਤ ਹੈ, 2-3 ਦਿਨਾਂ ਤੋਂ ਮੈਂ ਇਹ ਪੋਰਟਲ ਲੱਭ ਕੇ ਅਤੇ ਇਹਦੇ 'ਤੇ ਕਰ ਰਿਹਾ ਸੀ। ਸੋ ਜ਼ਰੂਰ ਇਹਨੂੰ ਦੱਬ ਕੇ ਜ਼ਰੂਰ ਸ਼ੇਅਰ ਕਰੋ ਤਾਂ ਜੋ ਦੂਜੇ ਵੀ ਕਿਸਾਨ ਵੀਰ ਇਹਨੂੰ ਜਾਣਕਾਰੀ ਦਾ ਲਾਹਾ ਲੈ ਸਕਣ ਅਤੇ ਆਪਦੀ ਸੁਸਾਇਟੀ ਜੋ ਹੈ ਰਜਿਸਟਰ ਕਰ ਸਕਣ। ਸੋ ਇੱਦਾਂ ਦੀ ਹੋਰ ਜਾਣਕਾਰੀ ਲਈ ਤੁਸੀਂ ਫਾਰਮਰਸ ਵੈਲਫੇਅਰ ਹੱਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇੱਦਾਂ ਦੀ ਖੇਤੀਬਾੜੀ ਦੀ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ। ਸੋ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ, ਤੁਹਾਡਾ ਦਿਨ ਸ਼ੁਭ ਹੋਵੇ।